ਇੰਟਰਵਿਊ ਦੇਣਾ ਹੈ ਨਾ ਸੱਚੀ ਬਹੁਤ ਔਖਾ ਹਾਂ ਇੰਟਰਵਿਊ ਕਰਨੀ ਸੌਖੀ ਹੁੰਦੀ ਹੈ ਵੀ ਸਵਾਲ ਕਰਕੇ ਪਰੇ ਹੋ ਜਾਣਾ ਵੀ ਯਾਰ ਬਾਈ ਤੂੰ ਦੱਸ ਜੇਤੂਆਂ ਦੇ ਰਾਹ ਨਹੀਂ ਰੋਕੇ ਜਾ ਸਕਦੇ ਜੇਤੂਆਂ ਤੇ ਤਾਂ ਫੁੱਲ ਵਰਸਾਏ ਜਾ ਸਕਦੇ ਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਆਰ ਐਮ ਪੀ ਟੈਲੀਵਿਜ਼ਨ ਸਾਡੇ ਨਾਲ ਮੌਜੂਦ ਨੇ ਨਵਰੀਤ ਨਵਰੀਤ ਕੀ ਤਜਰਬਾ ਰਿਹਾ ਅੰਦੋਲਨ ਦਾ ਬਹੁਤ ਵਧੀਆ ਤਜਰਬਾ ਰਿਹਾ ਬਹੁਤ ਇਹੋ ਜਿਹੇ ਬੰਦਿਆਂ ਨੂੰ ਮਿਲਿਆ ਜਿਹੜੇ ਬੰਦੇ ਦੇ ਰੂਪ 'ਚ ਇਨਸਾਨ ਦੇ ਤੌਰ 'ਤੇ ਮੇਰੇ ਨਾਲੋਂ ਵਧੀਆ ਸੀ ਮੇਰੇ ਨਾਲੋਂ ਵੱਡੇ ਸੀ ਉਹ ਬਜ਼ੁਰਗ ਨੂੰ ਦੇਖਣਾ ਜਿਹਦੀਆਂ ਬਾਹਾਂ ਨਹੀਂ ਹੈਗੀਆਂ ਤੇ ਉਹਦੇ ਭਰਾ ਨੂੰ ਦੇਖਣਾ ਜਿਹਨੇ 35 ਸਾਲਾਂ ਤੋਂ ਆਪਦੇ ਭਰਾ ਦੀ ਜ਼ਿੰਦਗੀ ਲਿਖ ਹੀ ਲਾਤੀ ਤਾਂ ਉਹ ਆਪਣੇ ਨਾਲੋਂ ਇਨਸਾਨ ਦੇ ਤੌਰ 'ਤੇ ਮੈਨੂੰ ਵੱਡੇ ਲੱਗੇ ਤਾਂ ਕਰਕੇ ਬਾਈ ਉਹ ਵਧੀਆ ਰਿਹਾ ਬਹੁਤ ਘੈਂਟ ਸੀ ਜੀ ਅਤੇ ਅੱਜ ਦੇ ਦਿਨ ਬਾਰੇ ਕੀ ਕਹਿਣਾ ਅੱਜ ਦਾ ਦਿਨ ਤਾਂ ਬਸ ਪੁੱਛੋ ਨਾ ਆਪਦੇ ਆਪ 'ਚ ਉਹਦੀ ਮਹਾਨਤਾ ਹੀ ਦੱਸਦੀ ਹੈ ਜਿਹੜੀ ਪੁਲਿਸ ਰਾਹ ਰੋਕਣ ਵਾਸਤੇ ਖੜੀ ਸੀ ਕਦੇ ਅੱਜ ਉਹ ਰਾਹ ਖਾਲੀ ਕਰਾਉਣ ਵਾਸਤੇ ਖੜੀ ਹੈ ਵੀ ਕਿਸਾਨਾਂ ਨੂੰ ਜਾਣ 'ਚ ਕੋਈ ਦਿੱਕਤ ਨਾ ਆਵੇ ਜੇਤੂਆਂ ਦੇ ਰਾਹ ਨਹੀਂ ਰੋਕੇ ਜਾ ਸਕਦੇ ਜੇਤੂਆਂ 'ਤੇ ਤਾਂ ਫੁੱਲ ਵਰਸਾਏ ਜਾ ਸਕਦੇ ਆ ਉਹ ਫੁੱਲ ਅੱਜ ਲੋਕ ਵਰਸਾਉਣਗੇ ਅਤੇ ਪੁਲਿਸ ਪ੍ਰਸ਼ਾਸਨ ਦਾ ਕੰਮ ਇਹ ਆ ਕਿ ਫਤਿਹ ਮਾਰਚ ਸਹੀ ਸਲਾਮਤ ਆਪਦੇ ਘਰਾਂ ਤੱਕ ਪਹੁੰਚੇ ਜੀ ਅਤੇ ਤੁਸੀਂ ਇੰਨਾ ਵਧੀਆ ਬੋਲ ਲੈਂਦੇ ਹੋ ਬੋਲਣ ਤੋਂ ਸੰਗਦੇ ਕਿਉਂ ਬਾਈ ਉਹ ਸਵਾਲ ਸੌਖਾ ਹੁੰਦਾ ਕਰਨਾ ਇੱਕ ਸਵਾਲ ਕਰਕੇ ਆਪਾਂ ਪਰੇ ਹੋ ਜਾਂਦੇ ਹਾਂ ਹੈ ਨਾ ਆਪਾਂ ਨੂੰ ਆਦਤ ਪਈ ਵੀ ਆ ਵੀ ਇੱਕ ਸਵਾਲ ਬੰਦੇ ਨੂੰ ਕਰ ਦਿਓ ਵੀ ਤੁਸੀਂ ਅੱਜ ਕੀ ਕਹਿਣਾ ਉਹ ਬੰਦਾ ਲਿਆਈ ਜਾਂਦਾ ਪਾਲ ਭੁਲ ਕੇ ਉਹ ਸੌਖ ਪਈ ਵੀ ਆ ਹੈ ਨਾ ਉਹ ਤਾਂ ਕਰਕੇ ਮੈਂ ਭੱਜਦਾ ਵੀ ਯਾਰ ਉਹ ਕੱਲ੍ਹ ਜਸ ਬਾਈ ਨਾਲ ਸੀ ਅਸੀਂ ਇੱਕ ਬਲੌਗ ਬਣਾਇਆ ਉੱਥੇ ਅਸੀਂ ਕੱਲ੍ਹ ਦੇਖਿਆ ਵੀ ਯਾਰ ਇੰਟਰਵਿਊ ਕਰਨੀ ਮਤਲਬ ਇੰਟਰਵਿਊ ਦੇਣਾ ਹੈ ਨਾ ਸੱਚੀ ਬਹੁਤ ਔਖਾ ਹਾਂ ਇੰਟਰਵਿਊ ਕਰਨੀ ਸੌਖੀ ਹੁੰਦੀ ਹੈ ਵੀ ਸਵਾਲ ਕਰਕੇ ਪਰੇ ਹੋ ਜਾਣਾ ਵੀ ਯਾਰ ਬਾਈ ਤੂੰ ਦੱਸ ਜੀ ਜੇ ਆਪਾਂ ਗਾਂ ਦੀ ਗੱਲ ਕਰਦੇ ਹਾਂ ਗਾਂ ਚੁਣੌਤੀਆਂ ਕੀ ਰਹਿਣ ਵਾਲੀਆਂ ਖਾਸ ਕਰਕੇ ਪੰਜਾਬ ਨੂੰ ਦੇਖਦੇ ਚੁਣੌਤੀਆਂ ਰਹਿਣੀ ਇੱਕ ਤਾਂ ਸੰਯੁਕਤ ਮੋਰਚੇ ਦਾ ਇਕੱਠਾ ਰਹਿਣਾ ਚੁਣੌਤੀ ਆ ਬਹੁਤ ਲੋਕਾਂ ਦੇ ਪੋਲੀਟੀਕਲ ਵੀ ਹੁੰਦੇ ਆ ਵੀ ਯਾਰ ਅਸੀਂ ਲੜ ਗਏ ਠੀਕ ਆ ਹੋਣੇ ਵੀ ਚਾਹੀਦੇ ਆ ਉਹ 'ਚ ਕੋਈ ਬੁਰਾਈ ਨਹੀਂ ਤਾਂ ਮੇਲਾ ਦਾ ਜਸ ਬਾਜਵਾ ਆ ਗਿਆ ਜੇ ਕਰਨੀ ਆ ਤਾਂ ਤੁਸੀਂ ਮੈਨੂੰ ਛੱਡ ਕੇ ਜਾ ਸਕਦੇ ਤੁਸੀਂ ਜ਼ਿਆਦਾ ਮਹੱਤਵ ਰੱਖਦੇ ਹੋ ਸਾਡੇ ਲਈ ਕਿਉਂਕਿ ਅਸੀਂ ਤਾਂ ਤੁਹਾਡੇ ਨਾਲ ਹੀ ਚੱਲਣਾ ਹੈਗਾ ਹੈ ਨਾ ਉਹ ਤਾਂ ਮੈਨੂੰ ਆਇਆ ਵੀ ਮੀਡੀਆ ਦਾ ਹਿਸਾਬ ਮੈਂ ਸਮਝਦਾ ਵੀ ਮੈਂ ਬੇਇੱਜ਼ਤੀ ਨਹੀਂ ਮਹਿਸੂਸ ਕਰੂੰਗਾ ਜੇ ਤੁਸੀਂ ਕੋਈ ਕੰਮ ਕਰਨਾ ਨਾ ਤਾਂ ਇਹ ਆ ਵੀ ਚੁਣੌਤੀਆਂ ਇਹਨੂੰ ਇਕੱਠਾ ਰੱਖਣਾ ਪੋਲੀਟੀਕਲ ਆ ਸਰਕਾਰ ਬਹੁਤ ਇਹਦਾ ਮਤਲਬ ਇਹਨੂੰ ਤੋੜਨ ਦੀ ਕੋਸ਼ਿਸ਼ ਕਰੂਗੀ ਯਾਰ ਵੀ ਇਹ ਬੰਦੇ ਸਿਆਸਤ 'ਚ ਆਉਣ ਪਰ ਇੱਕ ਤਾਂ ਪ੍ਰੈਸ਼ਰ ਗਰੁੱਪ ਰਤਨ ਬਾਈ ਚਾਹੀਦਾ ਨਾ ਜਿਹੜਾ ਸਰਕਾਰ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖ ਲਏ ਯਾਰ ਵੀ ਖੜੇ ਹਾਂ ਐਂ ਕਿਵੇਂ ਯਾਰ ਤੁਸੀਂ ਵਾਅਦੇ ਕਰਕੇ ਮੁੱਕਰ ਜਾਂਦੇ ਹੋ ਉਹ ਤਾਂ ਹੀ ਹੋਊਗਾ ਪੋਲੀਟੀਕਲ ਪਾਰਟੀ ਦੀਆਂ ਬੰਦਿਸ਼ਾਂ ਹੁੰਦੀਆਂ ਪ੍ਰੈਸ਼ਰ ਗਰੁੱਪ ਦੀਆਂ ਉਹ ਬੰਦਿਸ਼ਾਂ ਨਹੀਂ ਹੁੰਦੀਆਂ ਜੇ ਆਪਾਂ ਤੁਹਾਡੀ ਮੈਂ ਨਿੱਜੀ ਰਾਏ ਜਾਣਾ ਤੁਹਾਨੂੰ ਲੱਗਦਾ ਵੀ ਇੱਕ ਪੋਲੀਟੀਕਲ ਧਿਰ ਉੱਭਰਨੀ ਚਾਹੀਦੀ ਹੈ ਹਾਂ ਇੱਕ ਹਿੱਸੇ ਨੂੰ ਤਾਂ ਆਉਣਾ ਚਾਹੀਦਾ ਨਾ ਪਰ ਇੱਕ ਹਿੱਸਾ ਬਰਕਰਾਰ ਵੀ ਤਾਂ ਉਵੇਂ ਰਹੇ ਨਾ ਮਤਲਬ ਜੇ ਸਾਰੀ ਇੱਕ ਕੰਮ 'ਚ ਆ ਗਏ ਤਾਂ ਫਿਰ ਦਿੱਕਤ ਹੋਊ ਇੱਕ ਵੱਡੇ ਹਿੱਸੇ ਨੂੰ ਦਬਾਓ ਸਮੂਹ 'ਚ ਕੰਮ ਕਰਨਾ ਚਾਹੀਦਾ ਕਿਉਂਕਿ ਜੇ ਲੋਕਾਂ ਦੀ ਮੰਗ ਹੋਊਗੀ ਵੈਸੇ ਆਟੋਮੈਟਿਕ ਪੋਲੀਟੀਕਲ ਪਾਰਟੀਆਂ ਬਦਲ ਜਾਣੀਆਂ ਪੰਜਾਬ 'ਚ ਇੱਕ ਪਾਰਟੀ ਆਪਦਾ ਸੌਫਟਵੇਅਰ ਅਪਡੇਟ ਕਰ ਰਹੀ ਹੈ ਬਹੁਤ ਤੇਜ਼ੀ ਦੇ ਨਾਲ ਠੀਕ ਹੈ ਕਿਉਂ ਕਰ ਰਹੀ ਹੈ ਕਿਉਂਕਿ ਲੋਕਾਂ ਨੂੰ ਪਤਾ ਜਿਹੜਾ ਸਟਾਈਲ ਆ ਪੋਲਿਟਿਕਸ ਦਾ ਉਹ ਚੇਂਜ ਹੋ ਰਿਹਾ ਹੁਣ ਨਿਊ ਸਟਾਈਲ ਆ ਇਹ ਪੋਲਿਟਿਕਸ ਦਾ ਪਹਿਲਾਂ ਵਾਲਾ ਨਹੀਂ ਅੱਜ ਫਿਰ ਭੰਗੜੇ ਪਾਉਂਗੇ ਪਾਲਾਂਗੇ ਆਥਣੇ ਜੇ ਭਰਾ ਕਹੂਗਾ ਜੇ ਭਰਾ ਕਹੂਗਾ ਜ਼ਰੂਰ ਪਾਵਾਂਗੇ ਜੀ 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 ਸੋ ਨਵਰੀਤ ਬਾਈ ਨੇ ਇਹਨਾਂ ਨੇ ਵੀ ਕਿਹਾ ਵੀ ਜਿਹੜੀ ਪੋਲੀਟੀਕਲ ਤੇਰਾ ਉਹ ਵੀ ਆਉਣੀ ਚਾਹੀਦੀ ਆ ਸੋ ਅਸੀਂ ਅੱਗੇ ਦਾ ਜਿਹੜਾ ਪਿਛਲਾ ਪਾਸੇ ਦਾ ਦ੍ਰਿਸ਼ ਆ ਉਹ ਵੀ ਤੁਹਾਨੂੰ ਦਿਖਾਉਣਾ ਚਾਹਾਂਗੇ ਜਿਹੜਾ ਪਿਛਲੇ ਪਾਸੇ ਦਾ ਦ੍ਰਿਸ਼ ਆ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਆ ਇਤਿਹਾਸ ਦੀ ਤਰ੍ਹਾਂ ਲੋਕ ਸਦੀਆਂ ਦੇ ਵਿੱਚ ਅਜਿਹੇ ਦਿਨ ਬਹੁਤ ਲੰਮੇ ਸਮੇਂ ਬਾਅਦ ਆਉਂਦੇ ਨੇ ਵੀ ਲੋਕ ਦੇਖਣ ਨੂੰ ਮਿਲਦੇ ਨੇ ਉਹ ਵੀ ਇਦਾਂ ਜਸ਼ਨ ਮਨਾਉਂਦੇ ਹੋਏ ਇੰਨੇ ਲੰਬੇ ਸੰਘਰਸ਼ ਤੋਂ ਬਾਅਦ ਵੱਡਾ ਇੱਕ ਜਿਹੜਾ ਜਸ਼ਨ ਆ ਮਨਾਇਆ ਗਿਆ ਹੈਗਾ ਤੁਸੀਂ ਤਸਵੀਰਾਂ ਦੇ ਵਿੱਚ ਜਸ ਬਾਜਵਾ ਦੇਖ ਸਕਦੇ ਹੋ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ